हेलो स्टूडेंट्स, हाउ आर यू। आज असी करांगे सेकंड लेसन द पोर्ट्रेट ऑफ लेडी, एक स्त्री दी तस्वीर। स्टार्ट। खुशवंत सिंह हैज रिटन अ नंबर ऑफ बुक्स ऑन सिख हिस्ट्री एंड रिलीजन। खुशवंत सिंह जी ने कई किताबां लिखियां सिख इतिहास अते धर्म बारे। ही हैज आल्सो ट्रांसलेटेड अ नंबर ऑफ बुक्स फ्रॉम उर्दू एंड पंजाबी इनटू इंग्लिश। उन्होंने कई उर्दू अते पंजाबी दियां किताबां दा तर्जमा यानी ट्रांसलेशन इंग्लिश लैंग्वेज च कीता। अपार्ट फ्रॉम बीइंग अ राइटर, राइटर होने तो अलहदा अलग, ही हैज़ बीन अ लॉयर, वह एक वकील भी रह चुके हैं। हुण इत्थे हैज़ बीन वरत्या गया, पर उन्होंने डैथ 2014 हो गई थी। सो ये बुक हो सकता उस तो पुरानी लिखी गई होवे तां करके हैज़ वरत्या गया, पर वह हुण इस दुनिया में नहीं हैं। आओ उन्होंने बारे देखिए कि वह वकील तो बिना होर की सन। अ पब्लिक रिलेशन ऑफिसर, एक पब्लिक रिलेशन ऑफिसर भी सन, एंड द एडिटर ऑफ द इलस्ट्रेटेड वीकली ऑफ इंडिया, अते एक इलस्ट्रेटेड वीकली ऑफ इंडिया पत्रिका दे संपादक भी सन। टू ऑफ हिज वेल नोन नॉवल्स, उन्हां दे दो बहुत प्रख्यात नॉवल आर ट्रेन टू पाकिस्तान, पाकिस्तान नू जांदी ट्रेन, एंड आई शैल नोट हेयर द नाइटिंगेल। यह दो ना दे बहुत फेमस हुए नावल हैं। आओ लेसन पढ़ना शुरू करिए। माई ग्रैंड मदर, लाइक एवरीबडीज ग्रैंड मदर, वॉज एन ओल्ड वूमन। मेरे दादी जी दूजिया दे दादी वांग बुजुर्ग औरत सन। शी हैड बीन ओल्ड एंड रिंकल्ड फॉर द 20 years दैट आई हैड नोन हर। जिन्ना को मैं उन्होंने पिछले 20 साल तो जानता सी, ਉਹ ਹੁਣ ਵੀ ਓਨੇ ਹੀ ਬੁੱਢੇ ਅਤੇ ਉਹਨਾਂ ਦਾ ਫੇਸ ਓਨੀਆਂ ਹੀ ਚੁਰਲੀਆਂ ਵਾਲਾ। ਪੀਪਲ ਸੈਡ ਦੈਟ ਸ਼ੀ ਹੈਡ ਵਾਂਸ ਬੀਨ ਯੰਗ ਐਂਡ ਪ੍ਰੀਟੀ ਐਂਡ ਈਵਨ ਹੈਡ ਅ ਹਸਬੈਂਡ। ਲੋਕੀ ਕਹਿੰਦੇ ਉਹ ਤਾਂ ਪਹਿਲਾਂ ਬਹੁਤ ਯੰਗ ਯਾਨੀ ਜਵਾਨ ਅਤੇ ਸੋਹਣੀ ਹੁੰਦੀ ਸੀ ਅਤੇ ਉਹਨਾਂ ਦਾ ਇੱਕ ਪਤੀ ਵੀ ਸੀ, ਬਟ ਦੈਟ ਵਾਜ ਹਾਰਡ ਟੂ ਬਲੀਵ, ਪਰ ਇਹ ਬਹੁਤ ਔਖਾ ਹੈ ਵਿਸ਼ਵਾਸ ਕਰਨਾ। ਮਾਈ ਗ੍ਰੈਂਡ ਫਾਦਰਸ ਪੋਰਟਰੇਟ ਹੰਗ ਅਬਵ ਦਾ ਮੈਂਟਲ ਪੀਸ ਇਨ ਦਾ ਡਰਾਇੰਗ ਰੂਮ। ਮੇਰੇ ਦਾਦਾ ਜੀ ਦੀ ਤਸਵੀਰ ਡਰਾਇੰਗ ਰੂਮ ਵਿੱਚ ਬਣੀ ਅੰਗੀਠੀ ਦੇ ਉੱਪਰ ਦੀਵਾਰ ਨਾਲ ਲਟਕੀ ਹੋਈ ਹੈ। He wore a big turban and loose fitting clothes. ਉਹ ਵੱਡੀ ਪਗੜੀ ਅਤੇ ਖੁੱਲੇ ਡੁੱਲੇ ਕੱਪੜੇ ਪਾਉਂਦੇ ਸਨ। His long white beard covered the best part of his chest and he looked at least 100 years old. ਉਹਨਾਂ ਦੀ ਵੱਡੀ ਦਾੜੀ ਉਹਨਾਂ ਦੀ ਛਾਤੀ ਦਾ ਬਹੁਤ ਵੱਡਾ ਭਾਗ ਕਵਰ ਕਰਦੀ ਸੀ ਅਤੇ ਉਹ ਦੇਖਣ ਨੂੰ ਘੱਟੋ ਘੱਟ 100 ਸਾਲਾਂ ਦੇ ਲੱਗਦੇ ਸਨ। He did not look the sort of person who would have a wife or children. ਉਹ ਅਜਿਹੇ ਆਦਮੀ ਨਹੀਂ ਲੱਗਦੇ ਸਨ ਕਿ ਜਿਨ੍ਹਾਂ ਦੀ ਵਾਈਫ ਵੀ ਹੋਵੇ ਅਤੇ ਬੱਚੇ ਵੀ ਹੋਣ। He looked as if he could only have lots and lots of grandchildren. ਉਹ ਇੰਨੇ ਬਜ਼ੁਰਗ ਲੱਗਦੇ ਸਨ ਕਿ ਜਿੱਦਾਂ ਉਹਨਾਂ ਦੇ ਬਹੁਤ ਸਾਰੇ ਦੋਹਤੇ ਪੋਤੇ ਹੋਣ। ਸੋ ਇੱਥੇ ਇੱਕ ਗੱਲ ਆਪਾਂ ਕਲੀਅਰ ਕਰਕੇ ਚੱਲੀਏ ਕਿ ਕਿਉਂ ਨਹੀਂ ਖੁਸ਼ਵੰਤ ਸਿੰਘ ਜੀ ਨੂੰ ਲੱਗਦਾ ਸੀ ਕਿ ਉਹਨਾਂ ਦੇ ਦਾਦੀ ਜੀ ਇਹਨਾਂ ਨਾਲ ਮੈਰਿਡ ਸਨ। ਉਹ ਕਿਸ ਤਰ੍ਹਾਂ ਉਹਨਾਂ ਦੀ ਦਾਦੀ ਦੇ ਹਸਬੈਂਡ ਹੋ ਸਕਦੇ ਹਨ ਜਿਹੜੇ ਕਿ ਫੋਟੋ ਵਿੱਚ ਹੀ ਕਈ ਸਾਲ ਪਹਿਲਾਂ ਕਿੰਨੇ ਬਜ਼ੁਰਗ ਲੱਗਦੇ ਸਨ। ਐਸ ਫੋਰ ਮਾਈ ਗ੍ਰੈਂਡ ਮਦਰ ਬੀਇੰਗ ਯੰਗ ਐਂਡ ਪ੍ਰੀਟੀ, ਦਾ ਥੋਟ ਵਾਜ ਆਲਮੋਸਟ ਰਿਵੋਲਟਿੰਗ। ਤੇ ਜੇ ਮੈਂ ਆਪਣੀ ਗ੍ਰੈਂਡ ਮਦਰ ਦੀ ਗੱਲ ਕਰਾਂ ਜਿਹੜੇ ਕਿ ਜਵਾਨ ਅਤੇ ਖੂਬਸੂਰਤ ਸਨ, ਤੇ ਇਹ ਵਿਚਾਰ ਹੀ ਆਪਾਂ ਵਿਰੋਧੀ ਲੱਗਦਾ, ਇੱਕ ਵਿਦਰੋਹ ਵਾਲਾ ਲੱਗਦਾ ਜਿਹਦੇ ਤੇ ਵਿਸ਼ਵਾਸ ਕਰਨਾ ਔਖਾ ਹੈ। She often told us of the games she used to play as a child. ਦਾਦੀ ਮਾਂ ਸਾਨੂੰ ਹਮੇਸ਼ਾ ਦੱਸਦੀ ਹੁੰਦੀ ਸੀ ਕਿ ਉਹ ਕਿਹੜੀਆਂ ਖੇਡਾਂ ਸਨ ਜਿਹੜੀਆਂ ਉਹ ਆਪਣੇ ਬਚਪਨ ਵਿੱਚ ਖੇਡਿਆ ਕਰਦੀ ਸੀ। ਦੈਟ ਸੀਮਡ ਕੁਆਇਟ ਅਬਜ਼ਰਡ ਐਂਡ ਅਨਡਿਗਨੀਫਾਈਡ ਔਨ ਹਰ ਪਾਰਟ। ਉਹ ਉਹਨਾਂ ਦੇ ਹਿਸਾਬ ਨਾਲ ਬੜਾ ਬੇਤੁਕਾ ਅਤੇ ਅਨਾਦਰ ਪੂਰਨ ਲੱਗਦਾ ਸੀ। ਐਂਡ ਵੀ ਟ੍ਰੀਟਡ ਇਟ ਲਾਈਕ ਦਾ ਫੇਬਲਸ ਆਫ ਦਾ ਪ੍ਰੋਫੈਟਸ ਸ਼ੀ ਯੂਜ਼ਡ ਟੂ ਟੈਲ ਅਸ। ਅਤੇ ਉਹਨਾਂ ਦੀਆਂ ਗੱਲਾਂ ਸਾਨੂੰ ਇੱਦਾਂ ਲੱਗਣੀਆਂ ਕਿ ਜਿੱਦਾਂ ਕੋਈ ਪੈਗੰਬਰਾਂ ਦੀਆਂ ਦੰਤ ਕਥਾਵਾਂ, ਓਕੇ, ਪੁਰਾਣੀਆਂ ਕਥਾਵਾਂ ਕੋਈ ਸਾਨੂੰ ਸੁਣਾ ਰਹੇ ਹੋਣ ਜਿਹੜੀਆਂ ਕਿ ਅਕਸਰ ਸੁਣਾਉਂਦੇ ਸਨ। ਸ਼ੀ ਯੂਜ਼ਡ ਟੂ ਟੈਲ ਅਸ। ਨੈਕਸਟ, ਸ਼ੀ ਹੈਡ ਆਲਵੇਜ਼ ਬੀਨ ਸ਼ੋਰਟ ਐਂਡ ਫੈਟ ਐਂਡ ਸਲਾਈਟਲੀ ਬੈਂਟ। ਉਹ ਹਮੇਸ਼ਾ ਤੋਂ ਹੀ ਛੋਟੇ
ਮੋਟੇ ਅਤੇ ਥੋੜੇ ਜਿਹੇ ਚੁੱਕੇ ਹੋਏ ਸਨ। ਹਰ ਫੇਸ ਵਾਜ ਕ੍ਰਿਸ ਕ੍ਰੋਸ ਆਫ ਰਿੰਕਲਸ ਰਨਿੰਗ ਫਰੋਮ ਐਵਰੀਵੇਅਰ ਟੂ ਐਵਰੀਵੇਅਰ। ਕ੍ਰਿਸ ਕ੍ਰੋਸ ਹੁੰਦਾ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ ਰੇਖਾਵਾਂ। ਉਹਨਾਂ ਦਾ ਫੇਸ ਚੁਰਲੀਆਂ ਨਾਲ ਭਰਿਆ ਪਿਆ ਸੀ ਜਿਹੜੀਆਂ ਕਿ ਹਰ ਜਗ੍ਹਾ ਤੋਂ ਇੱਕ ਦੂਜੇ ਨੂੰ ਕੱਟ ਰਹੀਆਂ ਸਨ। ਨੋ ਵੀ ਵਾਜ ਸਰਟਨ ਸ਼ੀ ਹੈਡ ਆਲਵੇਜ਼ ਬੀਨ ਐਜ਼ ਵੀ ਹੈਡ ਨੋਨ ਹਰ। ਨਹੀਂ ਸਾਨੂੰ ਯਕੀਨ ਸੀ ਉਹ ਤਾਂ ਹਮੇਸ਼ਾ ਤੋਂ ਹੀ ਇੱਦਾਂ ਦੇ ਸਨ ਜਦੋਂ ਦੇ ਅਸੀਂ ਉਹਨਾਂ ਨੂੰ ਜਾਣਦੇ ਹਾਂ। ਓਲਡ ਸੋ ਟੈਰੇਬਲੀ ਓਲਡ ਦੈਟ ਸ਼ੀ ਕੁਡ ਨੋਟ ਹੈਵ ਗਰੋਨ ਓਲਡਰ। ਬਜ਼ੁਰਗ ਇੰਨੇ ਬਜ਼ੁਰਗ ਕਿ ਉਸ ਤੋਂ ਜ਼ਿਆਦਾ ਹੋਰ ਬਜ਼ੁਰਗ ਨਹੀਂ ਹੋਏ। ਐਂਡ ਹੈਡ ਸਟੇਡ ਐਟ ਦ ਸੇਮ ਏਜ ਫੋਰ 20 ਈਅਰਸ। ਅਤੇ ਉਹ ਪਿਛਲੇ 20 ਸਾਲਾਂ ਤੋਂ ਓਨੇ ਹੀ ਏਜ ਦੇ ਹਨ, ਯਾਨੀ ਉਸੇ ਤਰ੍ਹਾਂ ਦੇ ਹਨ। ਸ਼ੀ ਕੁਡ ਨੈਵਰ ਹੈਵ ਬੀਨ ਪ੍ਰੀਟੀ। ਉਹ ਇੰਨੇ ਆਕਰਸ਼ਕ ਤਾਂ ਨਹੀਂ ਹੋ ਸਕੇ, ਬਟ ਸ਼ੀ ਵਾਜ਼ ਆਲਵੇਜ਼ ਬਿਊਟੀਫੁਲ। ਪਰ ਉਹ ਹਮੇਸ਼ਾ ਸੁੰਦਰ ਸਨ। ਸ਼ੀ ਹੋਬਲਡ ਅਬਾਊਟ ਦ ਹਾਊਸ। ਉਹ ਘਰ ਦੇ ਵਿੱਚ ਲੰਗੜਾ ਕੇ ਚੱਲਦੇ ਰਹਿੰਦੇ ਸਨ। ਇਨ ਸਪੋਟਲੈਸ ਵਾਈਟ, ਸਪੋਟ ਹੁੰਦਾ ਤੱਬਾ, ਸਪੋਟਲੈਸ ਤੱਬੇ ਰਹਿਤ, ਵਾਈਟ ਯਾਨੀ ਵਾਈਟ ਪੋਸ਼ਾਕ। ਸੋ ਉਹ ਆਪਣੀ ਵਾਈਟ ਪੋਸ਼ਾਕ ਜੋ ਕਿ ਤੱਬੇ ਰਹਿਤ ਸੀ ਉਹਦੇ ਵਿੱਚ ਲੰਗੜਾ ਕੇ ਚੱਲਦੇ ਰਹਿੰਦੇ। ਹੋਰ ਕੀ ਸੀ ਉਹਨਾਂ ਦੇ ਨਾਲ? ਵਿਦ ਵਨ ਹੈਂਡ ਰੈਸਟਿੰਗ ਓਨ ਹਰ ਵੇਸਟ। ਇੱਕ ਹੱਥ ਆਪਣੀ ਕਮਰ 'ਤੇ ਰੱਖ ਕੇ, ਕਾਹਦੇ ਵਾਸਤੇ ਰੱਖਿਆ? ਟੂ ਬੈਲੈਂਸ ਹਰ ਸਟੂਪ। ਸਟੂਪ ਹੁੰਦਾ ਝੁਕਾ ਯਾਨੀ ਕੁੱਬ, ਉਹਨੂੰ ਬੈਲੈਂਸ ਕਰਨ ਲਈ ਉੱਥੇ ਵੇਸਟ 'ਤੇ ਰੱਖ ਲੈਂਦੇ ਸਨ। ਐਂਡ ਦ ਅਦਰ ਟੈਲਿੰਗ ਦ ਬੀਡਸ ਆਫ ਹਰ ਰੋਜ਼ਰੀ। ਅਤੇ ਉਹ ਦੂਜਾ ਹੱਥ ਆਪਣੇ ਮਾਲਾ ਦੇ ਮਣਕੇ ਫੇਰਨ 'ਤੇ ਰੱਖਦੇ। ਹਰ ਸਿਲਵਰ ਲੋਕਸ ਵਰ ਸਕੈਟਰਡ ਅਨਟਾਈਡਲੀ ਓਵਰ ਹਰ ਪੇਲ ਪਕਰਡ ਫੇਸ। ਉਹਨਾਂ ਦੇ ਚਾਂਦੀ ਰੰਗੇ ਵਾਲ ਬੜੇ ਅਵਿਵਸਥਿਤ ਢੰਗ ਦੇ ਨਾਲ ਉਹਨਾਂ ਦੇ ਕਮਜ਼ੋਰ ਅਤੇ ਝੁਰਲੀਆਂ ਭਰਪੂਰ ਚਿਹਰੇ 'ਤੇ ਬਿਖਰੇ ਰਹਿੰਦੇ। ਐਂਡ ਹਰ ਲਿਪਸ ਕੋਂਸਟੈਂਟਲੀ ਮੂਵਡ ਇਨ ਆਡੀਬਲ ਪ੍ਰੇਅਰ। ਅਤੇ ਉਹਨਾਂ ਦੇ ਬੁੱਲ ਲਗਾਤਾਰ ਇੱਕ ਸੁਣੀ ਜਾਣ ਵਾਲੀ ਪ੍ਰੇਅਰ ਦੇ ਵਿੱਚ ਲੱਗੇ ਰਹਿੰਦੇ। ਯੈਸ ਸ਼ੀ ਵਾਜ਼ ਬਿਊਟੀਫੁਲ। ਹਾਂ ਉਹ ਸੋਹਣੀ ਸੀ। ਸ਼ੀ ਵਾਜ਼ ਲਾਈਕ ਦ ਵਿੰਟਰ ਲੈਂਡਸਕੇਪ ਇਨ ਦ ਮਾਊਂਟੇਨਸ। ਉਹ ਇਸ ਤਰ੍ਹਾਂ ਸੀ ਜਿੱਦਾਂ ਕਿ ਸਰਦੀਆਂ ਦਾ ਮਾਊਂਟੇਨ ਦਾ ਨਜ਼ਾਰਾ। ਐਨ ਐਕਸਪੈਂਸ ਆਫ ਪਿਓਰ ਵਾਈਟ ਸਰੈਨਿਟੀ ਬਰੀਦਿੰਗ ਪੀਸ ਐਂਡ ਕੰਟੈਂਟਮੈਂਟ। ਇੱਦਾਂ ਲੱਗਦਾ ਸੀ ਕਿ ਜਿੱਦਾਂ ਸ਼ਾਂਤੀ ਅਤੇ ਸੰਤੁਸ਼ਟੀ ਦੀ ਸ਼ੁੱਧ ਮੂਰਤ ਸਾਹ ਲੈ ਰਹੀ ਹੋਵੇ। ਮਾਈ ਗ੍ਰੈਂਡ ਮਦਰ ਐਂਡ ਆਈ ਵਰ ਗੁੱਡ ਫਰੈਂਡਸ। ਮੇਰੇ ਦਾਦੀ ਅਤੇ ਮੈਂ ਚੰਗੇ ਦੋਸਤ ਸੀ। ਮਾਈ ਪੇਰੈਂਟਸ ਲੈਫਟ ਮੀ ਵਿਦ ਹਰ ਵੈਨ ਦੇ ਵੈਂਟ ਟੂ ਲਿਵ ਇਨ ਦਾ ਸਿਟੀ ਐਂਡ ਵੀ ਵਰ ਕੋਂਸਟੈਂਟਲੀ ਟੂਗੈਦਰ। ਮੇਰੇ ਮਾਤਾ ਪਿਤਾ ਮੈਨੂੰ ਉਹਨਾਂ ਕੋਲ ਛੱਡ ਕੇ ਸਨ ਜਦੋਂ ਉਹ ਸਿਟੀ ਵਿੱਚ ਰਹਿਣ ਗਏ ਅਤੇ ਮੈਂ ਉਹਨਾਂ ਕੋਲ ਲਗਾਤਾਰ ਰਿਹਾ। ਸ਼ੀ ਯੂਜ਼ਡ ਟੂ ਵੇਕ ਮੀ ਅਪ ਇਨ ਦਾ ਮੋਰਨਿੰਗ। ਉਹ ਅਕਸਰ ਮੈਨੂੰ ਸਵੇਰ ਵੇਲੇ ਉਠਾ ਦਿਆ ਕਰਦੇ ਸਨ ਐਂਡ ਗੈਟ ਮੀ ਰੈਡੀ ਫੋਰ ਸਕੂਲ। ਅਤੇ ਮੈਨੂੰ ਸਕੂਲ ਲਈ ਰੈਡੀ ਕਰ ਦਿੰਦੇ ਸਨ। ਸ਼ੀ ਸੈਟ ਹਰ ਮੋਰਨਿੰਗ ਪ੍ਰੇਅਰ ਇਨ ਅ ਮੋਨੋਟਨਸ ਸਿੰਗ ਸੌਂਗ। ਉਹ ਆਪਣੀ ਸਵੇਰ ਦੀ ਪ੍ਰਾਰਥਨਾ ਬੜੇ ਨੀਰਸ ਜਿਹੇ ਢੰਗ ਨਾਲ ਅਤੇ ਜਿੱਦਾਂ ਰਟਾ ਰਟਾ ਕੇ ਬੋਲੀ ਦੀ ਹੈ ਉਹ ਕਰਦੇ ਸਨ। ਵਾਈਲ ਸ਼ੀ ਬਾਥਡ ਐਂਡ ਡਰੈਸਡ ਮੀ ਇਨ ਦ ਹੋਪ ਦੈਟ ਆਈ ਵੁੱਡ ਲਿਸਨ ਐਂਡ ਗੈਟ ਟੂ ਨੋ ਇਟ ਬਾਏ ਹਾਰਟ। ਜਦੋਂ ਕਿ ਮੈਨੂੰ ਨਵਾਉਂਦੇ ਹੋਏ ਅਤੇ ਮੈਨੂੰ ਕੱਪੜੇ ਪਾਉਂਦੇ ਹੋਏ ਉਹਨਾਂ ਦਿਮਾਗ ਵਿੱਚ ਇਹੀ ਹੁੰਦਾ ਸੀ ਕਿ ਇਹ ਬਹੁਤ ਧਿਆਨ ਨਾਲ ਮਨ ਲਗਾ ਕੇ ਇਹਨੂੰ ਸੁਣਦਾ ਪਿਆ ਹੈ। ਆਈ ਲਿਸਨਡ ਬਿਕੋਜ਼ ਆਈ ਲਵਡ ਹਰ ਵਾਇਸ। ਮੈਂ ਸੁਣਦਾ ਸੀ ਕਿਉਂਕਿ ਮੈਨੂੰ ਉਹਨਾਂ ਦੀ ਆਵਾਜ਼ ਬਹੁਤ ਪਸੰਦ ਸੀ। ਬਟ ਨੈਵਰ ਬੋਦਰਡ ਟੂ ਲਰਨ ਇਟ। ਪਰ ਮੈਂ ਕਦੀ ਖਿਆਲ ਨਹੀਂ ਕੀਤਾ ਕਿ ਮੈਂ ਇਹਨੂੰ ਸਿੱਖਣਾ ਵੀ ਹੈ। ਦੈਨ ਸ਼ੀ ਵੁੱਡ ਫੈਚ ਮਾਈ ਵੁਡਨ ਸਲੇਟ ਵਿਚ ਸ਼ੀ ਹੈਡ ਆਲਰੇਡੀ ਵਾਸ਼ਡ ਐਂਡ ਪਲਾਸਟਰਡ ਵਿਦ ਯੈਲੋ ਚਾਕ। ਤਾਂ ਫਿਰ ਉਹ ਮੇਰੀ ਲੱਕੜੀ ਦੀ ਫੱਟੀ ਲੈ ਕੇ ਆਉਂਦੀ ਜਿਸ ਨੂੰ ਉਹ ਧੋਂਦੀ ਅਤੇ ਉੱਤੇ ਗਾਚੀ ਲਗਾਉਂਦੀ। ਅ ਟਾਈਨੀ ਅਰਦਨ ਇੰਕ ਪੋਟ ਐਂਡ ਅ ਰੀਡ ਪੈਨ। ਤੇ ਨਾਲ ਕੀ ਲੈ ਕੇ ਆਉਂਦੀ? ਇੱਕ ਛੋਟੀ ਸ਼ਾਇਰੀ ਦਵਾਤ ਅਤੇ ਇੱਕ ਕਲਮ। ਟਾਈ ਦੈਮ ਆਲ ਇਨ ਅ ਬੰਡਲ ਐਂਡ ਹੈਂਡ ਇਟ ਟੂ ਮੀ। ਉਹਨਾਂ ਸਾਰਿਆਂ ਨੂੰ ਇੱਕ ਬੰਡਲ ਵਿੱਚ ਬੰਨ੍ਹੀ ਅਤੇ ਉਹ ਮੈਨੂੰ ਫੜਾ ਦਿੰਦੀ। ਆਫਟਰ ਅ ਬ੍ਰੇਕਫਾਸਟ ਆਫ ਥਿਕ ਸਟੇਲ ਚਪਾਤੀ ਵਿਦ ਅ ਲਿਟਲ ਬਟਰ ਐਂਡ ਸ਼ੂਗਰ ਸਪਰੈਡ ਓਨ ਇਟ। ਮੋਟੀ ਅਤੇ ਬਈ ਚਪਾਤੀ ਜਿਸ ਉੱਤੇ ਥੋੜਾ ਸ਼ੂਗਰ ਅਤੇ ਬਟਰ ਲੱਗਿਆ ਹੁੰਦਾ ਸੀ। ਉਸ ਦੇ ਬ੍ਰੇਕਫਾਸਟ ਤੋਂ ਬਾਅਦ ਵੀ ਵੈਂਟ ਟੂ ਦ ਸਕੂਲ। ਅਸੀਂ ਸਕੂਲ ਜਾਂਦੇ She carried several stale chapatis with her for the village dogs.
ਉਹ ਆਪਣੇ ਨਾਲ ਕਈ ਬਹੀਆਂ ਚਪਾਤੀ ਨਾਲ ਲੈ ਕੇ ਜਾਂਦੀ ਪਿੰਡ ਦੇ ਕੁੱਤਿਆਂ ਨੂੰ ਦੇਣ ਲਈ।